strong. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਹਾਡਾ ਜੇ ਐਮ ਜੀ ਵਲੋਗਸ ਵਿੱਚ ਵੈਲਕਮ ਹੈ। ਅੱਜ ਅਸੀਂ ਬਣਾਉਂਗੇ ਪਨੀਰ ਚਲਫਰੇਜ਼ੀ। ਸੋ ਪਹਿਲਾ ਸਟੈਪ ਹੈਗਾ, ਅਸੀਂ ਆਪਣੇ 2 ਟੇਬਲ ਸਪੂਨ ਤੇਲ ਨੂੰ ਗਰਮ ਕਰਨਾ ਹੈ ਅਤੇ ਅਸੀਂ ਵਿੱਚ ਜੀਰਾ ਪਾ ਲੈਣਾ ਹੈ। ਸਾਡੇ ਕੋਲ ਨੋਰਮਲ ਜੀਰਾ ਖਤਮ ਸੀ, ਇਸ ਕਰਕੇ ਅਸੀਂ ਆਹ ਸ਼ਾਹੀ ਜੀਰਾ ਯੂਜ਼ ਕਰਨ ਲੱਗੇ ਹਾਂ। ਸਾਡੇ ਇੱਕ ਪ੍ਰੀਵੀਅਸ ਰੈਸਿਪੀ ਦਾ ਵਿਆਹ ਹੋਇਆ ਸੀਗਾ, ਤੁਸੀਂ ਜ਼ਰੂਰ ਚੈੱਕ ਕਰਿਓ। ਅਸੀਂ ਗਰਮ ਮਸਾਲਾ ਬਣਾਇਆ ਸੀਗਾ ਅਤੇ ਇਹ 'ਚ ਅਸੀਂ ਇੱਕ ਰੈੱਡ ਚਿੱਲੀ ਵੀ ਪਾ ਲੈਣੀ ਆ, ਡਰਾਈਡ ਸੋਰੀ ਇੱਕ ਹੋਰ ਪਾ ਲੈਣੀ ਆ। ਅਸੀਂ ਜਿਹੜੀ ਜਲਫਰੇਜ਼ੀ ਦੀ ਡਿਸ਼ ਜਿੰਨੀ ਇੱਥੇ ਇੰਡੀਆ 'ਚ ਪੋਪੂਲਰ ਹੈ ਓਨੀ ਲੰਡਨ 'ਚ ਪੋਪੂਲਰ ਹੈ। ਇਹ ਡਿਸ਼ ਹੁੰਦੀ ਆ ਕਿ ਤੁਸੀਂ ਆਪਣੇ ਲੈਫਟ ਓਵਰ ਜੋ ਵੀ ਤੁਹਾਡੇ ਕੋਲ ਪਿਆ ਹੁੰਦਾ, ਤੁਸੀਂ ਉਹ 'ਚ ਚਿੱਲੀਜ਼ ਅਤੇ ਅਨੀਅਨਸ ਪਾ ਕੇ ਫਿਰ ਤੁਸੀਂ ਇੱਕ ਡਿਸ਼ ਬਣਾ ਸਕਦੇ ਹੋ। ਜਿਹੜਾ ਵਰਡ ਜਲਫਰੇਜ਼ੀ ਆ ਉਹ ਇੱਕ ਬੰਗਾਲੀ ਟਰਮ ਤੋਂ ਆਇਆ ਆ। ਜਲ ਫੋਰੇਜ਼ੀ, ਜਲ ਦਾ ਮਤਲਬ ਹੈਗਾ ਸਪਾਈਸੀ ਫੂਡ ਅਤੇ ਫੋਰੇਜ਼ੀ ਦਾ ਮਤਲਬ ਹੈਗਾ ਕਿ ਡਾਇਟ ਵਾਸਤੇ ਸੂਟਬਲ ਹੈ। ਸਾਡਾ ਜੀਰਾ ਹੋ ਗਿਆ, ਹੁਣ ਅਸੀਂ ਇਹ 'ਚ ਆਪਣੇ ਪਿਆਜ਼ ਪਾ ਲੈਣੇ ਆ। ਇਹ ਅਸੀਂ 3 ਛੋਟੇ ਛੋਟੇ ਪਿਆਜ਼ ਲਏ ਆ ਅਤੇ ਇਹਨਾਂ ਨੂੰ ਡਾਈਸ ਕਰਤਾ ਆ। ਅਸੀਂ ਤੁਹਾਨੂੰ ਇੰਗਰੀਡੀਅੰਟ ਨਾਲ ਨਾਲ ਦੱਸੀ ਜਾਊਂਗੇ, ਕਿਉਂਕਿ ਅਸੀਂ ਪਹਿਲਾਂ ਤੋਂ ਸਾਰਾ ਕੁਝ ਪ੍ਰਿਪੇਅਰ ਕਰ ਲਿਆ ਹੋਇਆ ਹੈ। ਸਾਡੇ ਪਿਆਜ਼ ਥੋੜ੍ਹੇ ਨੇ ਬਰਾਊਨ ਹੋ ਚੁੱਕੇ ਆ ਅਤੇ ਹੁਣ ਅਸੀਂ ਇਹ 'ਚ ਆਪਣਾ ਗਾਰਲਿਕ ਅਤੇ ਜਿੰਜਰ ਪਾ ਲੈਣਾ ਆ। ਤੁਸੀਂ ਜੇ ਤੁਹਾਡੇ ਕੋਲ ਤੁਸੀਂ ਆਹ ਨਹੀਂ ਪਾਉਣਾ ਚਾਹੁੰਦੇ, ਤੁਹਾਡੇ ਕੋਲ ਹੈਗਾ ਨਹੀਂ, ਤੁਸੀਂ ਪੇਸਟ ਵੀ ਪਾ ਸਕਦੇ ਜਿਹੜੀ ਹੁੰਦੀ ਹੈ, ਜਾਂ ਫਿਰ ਫਰੋਜ਼ਨ ਵੀ ਕਿਊਬ ਪਾ ਸਕਦੇ ਜਿਹੜੇ ਅਸੀਂ ਕਈ ਵਾਰੀ ਪਾਈ ਦੇ ਹੁੰਦੇ ਆ। ਅਤੇ 'ਚ ਅਸੀਂ ਥੋੜ੍ਹੇ ਨੇ ਕੀਤੇ ਹੋਏ ਆ ਜਿੰਜਰ ਦੇ ਲੰਬੇ ਲੰਬੇ ਸਲਾਈਸ, ਅਤੇ ਅਸੀਂ ਥੋੜ੍ਹੇ ਨੇ ਪਾ ਦੇਣੇ ਆ ਅਤੇ ਬਾਕੀ ਅਸੀਂ ਬਾਅਦ 'ਚੋਂ ਰੱਖ ਲੈਂਦੇ ਹਾਂ ਗਾਰਨਿਸ਼ ਵਾਸਤੇ। ਇਹਨਾਂ ਨੂੰ ਵੀ ਹੁਣ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ। ਸਾਡੇ ਹੁਣ ਹੋ ਗਏ ਆ ਪਿਆਜ਼ ਭੁੰਨ ਗਏ ਆ ਅਤੇ ਹੁਣ ਅਸੀਂ ਇਹਦੇ ਵਿੱਚ ਅਸੀਂ 1 ਕੱਪ ਟਮਾਟੋ ਸੌਸ ਪਾ ਦਿੱਤੀ ਹੈ। ਸਾਡੀ ਸੌਸ ਨੂੰ 5 ਮਿੰਟ ਕੁੱਕ ਹੋ ਗਈ ਹੈ ਅਤੇ ਹੁਣ ਅਸੀਂ ਆਪਣੇ ਸਾਰੇ ਮਸਾਲੇ ਪਾ ਦਾਨੇ ਆ। ਅਸੀਂ ਥੋੜ੍ਹਾ ਜਿਹਾ ਗਰਮ ਮਸਾਲਾ ਪਾਉਣਾ ਆ, ਬਾਕੀ ਜਿੰਨਾ ਤੁਹਾਨੂੰ ਪਸੰਦ ਹੁੰਦਾ ਤੁਸੀਂ ਉਨਾ ਪਾ ਸਕਦੇ ਹੋ ਆਪਣੇ ਟੇਸਟ ਅਨੁਸਾਰ। ਅਤੇ ਹੁਣ ਹਲਦੀ ਪਾਉਂਗੇ ਅਸੀਂ, ਟਰਮਰਿਕ, ਲੂਣ ਪਾਉਂਗੇ, ਲੂਣ ਜਿੰਨਾ ਤੁਹਾਨੂੰ ਪਸੰਦ ਹੁੰਦਾ, ਜਿੰਨਾ ਤੁਹਾਡੀ ਫੈਮਿਲੀ ਖਾਂਦੀ ਹੈ ਤੁਸੀਂ ਉਨਾ ਪਾ ਸਕਦੇ ਹੋ। ਅਸੀਂ ਥੋੜ੍ਹੀ ਨਿੱਕ ਕਾਲੀ ਮਿਰਚ ਪਾਉਣੀ ਹੈ, ਬਲੈਕ ਪੈਪਰ, ਅਤੇ ਥੋੜ੍ਹੀ ਨਿੱਕ ਕਸੂਰੀ ਮੇਥੀ, ਅਤੇ ਉਸ ਅਸੀਂ ਥੋੜ੍ਹੀ ਇੰਨੀ ਇੱਚ ਲਾਲ ਮਿਰਚ ਪਾਉਣੀ ਹੈ ਅਤੇ ਅਸੀਂ ਹੁਣ ਇਹਨੂੰ ਚੰਗੀ ਤਰ੍ਹਾਂ ਕੰਬਾਈਨ ਕਰ ਦੇਣਾ ਹੈ। ਸਾਡੀ ਸੌਸ ਥੋੜ੍ਹੀ ਘੱਟ ਗਈ ਹੈ ਅਤੇ ਸਾਨੂੰ ਥੋੜ੍ਹੀ ਘੱਟ ਲੱਗਦੀ ਹੈ, ਇਸ ਕਰਕੇ ਅਸੀਂ ਥੋੜ੍ਹੀ ਹੋਰ ਪਾ ਦਿੰਦੀ ਹਾਂ। ਇਹ ਕਿਉਂਕਿ ਜਿਹੜੀ ਸੁੱਕ ਜਾਂਦੀ ਹੈ ਅਤੇ ਫਿਰ ਜਦੋਂ ਤੁਹਾਨੂੰ ਹੋਰ ਚਾਹੀਦੀ ਹੁੰਦੀ ਹੈ ਤੁਸੀਂ ਪਾ ਲਿਆ ਕਰੋ। ਹੁਣ ਜਿਹੜੀ ਅਸੀਂ ਸੌਸ ਪਾਈ ਉਹਨੂੰ ਥੋੜ੍ਹੀ ਦੇਰ ਕੁੱਕ ਕਰਨਾ ਹੈ ਅਤੇ ਫਿਰ ਅਸੀਂ ਅਗਲਾ ਸਟੈਪ ਕਰਦੇ ਹਾਂ। ਅਸੀਂ ਆਪਣੀ ਸੌਸ ਨੂੰ 5 ਮਿੰਟ ਕੁੱਕ ਕੀਤਾ ਅਤੇ ਹੁਣ ਰੈਡੀ ਹੋ ਗਈ ਅਤੇ ਤੇਲ ਵੀ ਅਲੱਗ ਹੋ ਗਿਆ ਅਤੇ ਹੁਣ ਅਸੀਂ ਇਹ ਚੱਬਦੇ ਬਾਕੀ ਚੀਜ਼ਾਂ ਪਾ ਦਿੰਦੇ ਹਾਂ। ਹੁਣ ਪਹਿਲਾਂ ਅਸੀਂ 1 ਪਿਆਜ਼ ਕੱਟਿਆ ਆ ਮੋਟਾ ਮੋਟਾ, ਅਤੇ ਅਮੀਨ ਸਲਾਈਸ ਕੀਤੇ ਆ ਥੋੜ੍ਹੀ, ਅਤੇ ਇਹਨੂੰ ਅਸੀਂ ਮਿਕਸ ਕਰ ਦੇਣਾ। ਇਹ ਦੂਜੇ ਨਾਲੋਂ ਅਲੱਗ ਹੈ ਕਿਉਂਕਿ ਉਹ ਤੜਕੇ ਵਾਸਤੇ ਸੀਗਾ ਅਤੇ ਐਕਚੁਲੀ ਇਹਨਾਂ ਟੋਪਿੰਗਸ ਨੇ, ਅਤੇ ਅਸੀਂ ਆਪਣਾ ਬਾਕੀ ਚੀਜ਼ਾਂ ਵੀ ਪਾ ਲੈਣੀ ਆ। ਇਹ ਅਸੀਂ ਸ਼ਿਮਲਾ ਮਿਰਚਾਂ ਕੀਤੀਆਂ, 3 ਕਲਰ ਕੀਤੇ ਨੇ, 3 ਲੰਬੇ ਲੰਬੇ ਕੀਤੇ ਆ ਅਤੇ ਇਹਨਾਂ ਨੂੰ ਵੀ ਅਸੀਂ ਵਿੱਚ ਪਾ ਲੈਣਾ ਆ। ਇਹ ਸਾਡੀ 3 ਸ਼ਿਮਲਾ ਮਿਰਚਾਂ ਆ ਅਤੇ ਇਹਨੂੰ ਵੀ ਮਿਕਸ ਕਰ ਦੇਣਾ ਆ ਚੰਗੀ ਤਰ੍ਹਾਂ। ਹੁਣ ਅਸੀਂ ਇਹਦੇ ਵਿੱਚ 2 ਚਮਚੇ ਪਾਉਣੇ ਆ ਵਿਨੇਗਰ ਦੇ, ਅਸੀਂ ਵਾਈਟ ਵਿਨੇਗਰ ਯੂਜ਼ ਕਰਨ ਲੱਗੇ ਹਾਂ, ਤਾਂ ਨੋਰਮਲ ਦਾ ਟੇਬਲ ਸਪੂਨ ਤਾਂ ਥੋੜ੍ਹੇ ਛੋਟੇ ਆ, ਪਰ ਥੋੜ੍ਹੇ ਟੀ ਸਪੂਨ ਤਾਂ ਥੋੜ੍ਹੇ ਵੱਡੇ ਆ, ਹਾਫ ਟੇਬਲ ਸਪੂਨ ਹੋ ਗਿਆ ਹਿਸਾਬ ਦਾ। ਗਾਇਜ਼ ਨੈਕਸਟ ਸਟੈਪ ਹੈਗਾ ਅਸੀਂ ਆਪਣਾ ਪਨੀਰ ਪਾਉਣਾ ਆ। ਇਹ ਅਸੀਂ ਪਨੀਰ ਖੁਦ ਹੋਮਮੇਡ ਬਣਾਇਆ ਆ, ਤਾਂ ਸਾਡੀ ਪਿਛਲੀ ਰੈਸਪੀ ਚੈੱਕ ਕਰ ਲਿਓ। ਅਤੇ ਇਹਨੂੰ ਅਸੀਂ 1 ਫਰੈਂਚ ਫਰਾਈ ਜਿੱਦਾਂ ਬੈਟਰ ਸ਼ੇਪ 'ਚ ਅਸੀਂ ਕੱਟ ਲਿਆ, ਤਾਂ ਉਸ ਅਸੀਂ ਇਹਨੂੰ ਫਰਾਈ ਕਰ ਲਿਆ ਤਾਂ ਕਿ ਇਹ ਨਾ ਟੁੱਟ ਨਾ ਜਾਵੇ। ਅਤੇ ਹੁਣ ਇਹਨੂੰ ਅਸੀਂ ਆਪਣੀ ਸਬਜ਼ੀ 'ਚ ਪਾ ਲੈਂਦੇ ਹਾਂ, ਅਮੀਨ ਚਲਫੇ ਸੀ 'ਚ। ਹੁਣ ਇਹਨੂੰ ਜੈਂਟਲੀ ਸਾਰਾ ਮਿਕਸ ਕਰਨਾ ਤਾਂ ਕਿ ਪੀਸ ਟੁੱਟ ਨਾ ਜਾਣ, ਅਤੇ ਫਰਾਈ ਕਰਨਾ ਥੋੜ੍ਹਾ ਇਹਨਾਂ ਦਾ ਕਰੰਚ ਵੀ ਆ ਜਾਂਦਾ ਆ ਅਤੇ ਟੈਕਸਚਰ ਵੀ ਆ ਜਾਂਦਾ ਅਤੇ ਨਾਲੇ ਟੁੱਟਦਾ ਵੀ ਨਹੀਂ ਹੈ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਸਾਡੀ ਬਸ ਪਨੀਰ ਜਲਫਰੇਜ਼ੀ ਰੈਡੀ ਹੈ। ਹੁਣ ਇਹਨੂੰ ਅਸੀਂ ਥੋੜ੍ਹੇ ਜਿਹਾ ਅਸੀਂ ਢੱਕ ਲੈਣਾ ਤਾਂ ਕਿ ਚੰਗੀ ਤਰ੍ਹਾਂ ਜਿਹੜੇ ਸਾਡੇ ਬੈਲ ਪੈਪਰ ਹੈ ਉਹ ਸੌਫਟ ਹੋ ਜਾਣ ਅਤੇ ਚੰਗੀ ਤਰ੍ਹਾਂ ਨਾ ਹੋ ਜਾਵੇ ਕੁੱਕ ਈਵਨਲੀ ਅੰਦਰੋਂ ਇਸ ਸਟੀਮ ਦੇ ਨਾਲ, ਅਤੇ ਬਸ ਰੈਡੀ, ਤੁਹਾਨੂੰ ਫਿਰ ਅਸੀਂ ਰਿਜ਼ਲਟ ਦਿਖਾ ਦਿੰਦੇ ਹਾਂ। ਸੋ ਗਾਇਜ਼, ਸਾਡੀ ਪਨੀਰ ਜਲਫਰੇਜ਼ੀ ਹੋ ਗਈ ਰੈਡੀ। ਬਹੁਤ ਜ਼ਿਆਦਾ ਵਧੀਆ ਰੈਸਿਪੀ ਹੈ ਅਤੇ ਬਹੁਤ ਜ਼ਿਆਦਾ ਟੇਸਟੀ ਹੈ, ਅਤੇ ਮੈਂ ਜ਼ਰੂਰ ਰੈਕਮੈਂਡ ਕਰੂੰਗੀ ਤੁਸੀਂ ਇਹਨੂੰ ਟਰਾਈ ਕਰੋ ਆਪਣੀ ਫੈਮਿਲੀ ਦੇ ਨਾਲ। ਅਤੇ ਅੱਜ ਦੀ ਵੀਡੀਓ ਦਾ ਮੈਂ ਇੱਥੇ ਐਂਡ ਕਰਦੀ ਹਾਂ। ਤੁਹਾਨੂੰ ਪਸੰਦ ਆਈ ਹੋਵੇ ਜ਼ਰੂਰ ਲਾਈਕ, ਸ਼ੇਅਰ ਅਤੇ ਕਮੈਂਟ ਕਰੀਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੀਓ ਅਤੇ ਅਸੀਂ ਤੁਹਾਨੂੰ ਅਗਲੀ ਵੀਡੀਓ 'ਚ ਮਿਲੂੰਗੇ। ਥੈਂਕਸ ਫੋਰ ਵਾਚਿੰਗ, ਬਾਏ। ਲਾਈਟਸ, ਕੈਮਰਾ, ਐਕਸ਼ਨ। ਸਾਡੇ ਪਿਆਜ਼ ਲਾਈਟ